ਕੀ ਹਾਲ ਚਾਲ? ਮੇਰਾ ਨਾਮ ਸੰਦੀਪ, ਵੈਲਕਮ ਟੂ ਮਾਈ ਚੈਨਲ। ਸੋ ਗਾਇਸ, ਸਾਰੇ ਥੈਂਕ ਯੂ, ਵੀਡੀਓ ਨੂੰ ਲਾਈਕ ਕਰੋ, ਚੈਨਲ ਸਬਸਕ੍ਰਾਈਬ ਕਰੋ ਤੇ ਵਧੀਆ ਵਧੀਆ ਵੀਡੀਓਜ਼ ਰਿਕਮੈਂਡ ਕਰੋ। ਇਹਨਾਂ ਪਿਆਰ ਦੇ ਸਪੋਰਟ ਲਈ ਥੈਂਕ ਯੂ। ਮੈਂ ਹਰ ਵੀਡੀਓ 'ਚ ਇਹੀ ਪਹਿਲਾਂ ਮੇਰੀ ਲਾਈਨ ਹੁੰਦੀ ਹੈ, ਬਟ ਕੀ ਕਰਾਂ, ਇਹਨਾਂ ਤੁਸੀਂ ਪਿਆਰ ਦੇ ਰਹੋ, ਥੈਂਕ ਯੂ। ਤੇ ਹਰ ਵੀਡੀਓ ਦੇਣਾ ਬਣਦਾ ਹੈ, ਤੇ ਭਾਵੇਂ ਮੈਂ ਲੱਖ ਵੀਡੀਓ ਬਣਾ ਲਾਂ ਤੇ 100 ਵੀਡੀਓ ਬਣਾ ਲਾਂ ਤੇ ਜਿੰਨੀ 100 ਤੋਂ ਵੈਸੇ ਬਣਾ ਲਈ ਹੈ, 1000 ਵੀਡੀਓ ਬਣਾਵਾਂ, ਹਰ ਵੀਡੀਓ 'ਚ ਮੈਂ ਥੈਂਕਸ ਜ਼ਰੂਰ ਕਹਾਂਗਾ, ਕਿਉਂਕਿ ਇਹ ਤੁਹਾਡੀ ਸਪੋਰਟ ਤੋਂ ਬਿਨਾਂ ਪੋਸੀਬਲ ਹੀ ਨਹੀਂ ਸੀ। ਆਪਾਂ 18,000 ਸਬਸਕ੍ਰਾਈਬਰ ਕਰ ਲਏ ਹੈ, ਤੇ ਬਿਲਕੁਲ ਯਾਰ ਇਸ ਤੋਂ ਤੁਹਾਡੇ ਤੋਂ ਬਿਨਾਂ ਇੰਪੋਸੀਬਲ ਸੀ, ਮੈਨੂੰ ਉਮੀਦ ਵੀ ਨਹੀਂ ਸੀ ਇੰਨਾ ਪਿਆਰ ਮਿਲੇਗਾ, ਬਟ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਤੇ ਬਹੁਤ ਬਹੁਤ ਸ਼ੁਕਰੀਆ ਦਾ। ਤੇ ਦੋਸਤੋ, ਤੇ ਮੈਂ ਜ਼ਿਆਦਾ ਬੋਲ ਰਿਹਾ, ਥੈਂਕ ਯੂ ਸਾਰਿਆਂ ਦਾ ਫਿਰ ਤੋਂ। ਤੇ ਪਲੀਜ਼ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਮੇਰੀ ਵੀਡੀਓ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ। ਸੋ ਗਾਇਸ, ਅੱਜ ਜਿਹੜੀ ਵੀਡੀਓ ਹੈ ਆਪਾਂ ਰਿਐਕਸ਼ਨ ਦੇਵਾਂਗੇ ਰੋ ਟੈਲੈਂਟ ਪੰਜਾਬੀ ਟੱਪੇ। ਤੇ ਮੈਂ ਅੱਗੇ ਵੀ ਕਹਿੰਦਾ ਹੁੰਦਾ, ਜਿੱਦਾਂ ਮਤਲਬ ਰੋ ਟੈਲੈਂਟ ਨੂੰ ਸਾਨੂੰ ਪਲੀਜ਼ ਪ੍ਰਮੋਟ ਕਰਨਾ ਚਾਹੀਦਾ ਹੈ, ਇਹੋ ਜਿਹਾ ਟੈਲੈਂਟ ਅੱਗੇ ਆਏ ਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਇਹਨਾਂ ਨੂੰ ਪਛਾਣ ਸਕਣ। ਸੋ ਇਹਨਾਂ ਨੂੰ ਵੀ ਮੌਕਾ ਮਿਲੇ ਅੱਗੇ ਆਉਣ ਦਾ। ਤੇ ਚਲੋ ਪਹਿਲਾਂ ਵੀਡੀਓ ਵੇਖਦੇ ਹਾਂ, ਫਿਰ ਰਿਐਕਸ਼ਨ ਦਿੰਦੇ ਹਾਂ। ਲੈਟਸ ਸਟਾਰਟ। ਪਤਾ ਨਹੀਂ ਜ਼ਿੰਦਗੀ ਦਾ
ਹੋਰ ਜ਼ਿਆਦਾ ਵਧੀਆ ਲੱਗਿਆ ਤੇ ਬਾਕੀ ਯਾਰ ਦੋਨਾਂ ਦੀ ਆਵਾਜ਼ ਬਹੁਤ ਪਿਆਰੀ ਸੀ ਮਿੱਠੀ ਸੀ ਤੇ ਮਜ਼ਾ ਆ ਗਿਆ ਸੁਣ ਕੇ ਰਾਅ ਟੈਲੈਂਟ ਹੈ ਤੇ ਮੈਂ ਅੱਗੇ ਵੀ ਜਿੱਦਾਂ ਕਹਿੰਦਾ ਹੁੰਦਾ ਸਾਨੂੰ ਇਹੋ ਜਿਹੇ ਟੈਲੈਂਟ ਨੂੰ ਸ਼ੇਅਰ ਕਰਨਾ ਚਾਹੀਦਾ ਇਹਨਾਂ ਦੀ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਚ ਹੈ ਤੇ ਇਹਨਾਂ ਚੈਨਲ ਜਾ ਕੇ ਪਲੀਜ਼ ਸਬਸਕ੍ਰਾਈਬ ਕਰੋ ਤਾਂ ਕਿ ਇਹਨਾਂ ਨੂੰ ਸਪੋਰਟ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਹਨਾਂ ਨੂੰ ਜਾਣ ਸਕਣ ਸੋ ਮਜ਼ਾ ਆ ਗਿਆ ਤੇ ਜਿਹੜੇ ਲਿਰਿਕਸ ਸੀ ਜਿਹੜੇ ਪੰਜਾਬੀ ਟੱਪੇ ਦੇ ਜਿਹੜੇ ਗਾ ਰਹੇ ਸੀ ਬਹੁਤ ਵਧੀਆ ਲਿਖਿਆ ਹੋਇਆ ਸੀ ਤੇ ਸਾਨੂੰ ਏਦਾਂ ਦੇ ਜਿਹੜੇ ਸਿੰਗਰ ਆ ਸਾਨੂੰ ਅੱਗੇ ਲਿਆਉਣੇ ਚਾਹੀਦੇ ਆ ਰਾਅ ਟੈਲੈਂਟ ਨੂੰ ਚੰਗੀਆਂ ਰੂਹਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਇਹੀ ਜਿਹੜਾ ਆਪਣਾ ਕਲਚਰ ਆ ਤੇ ਜ਼ਿਆਦਾ ਲੋਕੀ ਅੱਜ ਕੱਲ੍ਹ ਵੈਸਟਰਨ ਸੁਣ ਲੱਗੇ ਮਗਰ ਜੋ ਸਾਡਾ ਬੇਸਿਕਸ ਉਹ ਇਹੀ ਨੇ ਜੋ ਸਾਡੇ ਬੇਸਿਕਸ ਇਹੀ ਨੇ ਸੋ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਇਹਨਾਂ ਜਾ ਕੇ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਿੰਕ ਡਿਸਕ੍ਰਿਪਸ਼ਨ ਹੈ ਜੇ ਤੁਹਾਨੂੰ ਮੇਰਾ ਰਿਐਕਸ਼ਨ ਵਧੀਆ ਲੱਗਿਆ ਪਲੀਜ਼ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਇਕਨ ਨੂੰ ਵੀ ਦਿਓ ਤਾਂ ਕਿ ਮੇਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਪਸ਼ਟ ਬੋਲਿਆ ਮੇਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਫਿਰ ਮਿਲਦੇ ਆ ਜੀ ਅਗਲੀ ਵੀਡੀਓ ਚ ਬਾਏ ਬਾਏ।